ਫਰੀਦਕੋਟ ਦੇ ਪਿੰਡ ਵਾਂਦਰ ਚਟਾਨਾ 'ਚ ਬੀਤੀ ਰਾਤ ਅੰਨੇ ਕਤਲ ਦੀ ਵਾਰਦਾਤ ਸਾਹਮਣੇ ਆਈ ਹੈ। ਕਰੀਬ 35 ਸਾਲ ਦੇ ਨੌਜਵਾਨ ਦਾ ਕਤਲ ਕਰਕੇ ਉਸਦੀ ਲਾਸ਼ ਰੇਲਵੇ ਟਰੈਕ 'ਤੇ ਸੁੱਟ ਦਿੱਤੀ ਗਈ। ਮ੍ਰਿਤਕ ਦੀ ਪਹਿਚਾਣ ਸੁਖਦੇਵ ਸਿੰਘ ਪੁੱਤਰ ਸੁੱਖਾ ਵਾਸੀ ਵਾਂਦਰ ਚਟਾਨਾ ਵਜੋਂ ਹੋਈ ਹੈ। ਪੁਲਿਸ ਨੇ ਮਾਮਲੇ ਦੀ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਇਸ ਕਤਲ ਦੀ ਵਾਰਦਾਤ ਕਰਕੇ ਪਿੰਡ ਵਿੱਚ ਸਹਿਮ ਦਾ ਮਾਹੌਲ ਵੀ ਬਣ ਗਿਆ ਹੈ। ਮ੍ਰਿਤਕ ਦੇ ਭਰਾ ਨਿਰਮਲ ਸਿੰਘ ਨੇ ਦੋਸ਼ ਲਾਇਆ ਹੈ ਕਿ ਉਸਦੇ ਭਰਾ ਦਾ ਕਤਲ ਕੀਤਾ ਗਿਆ ਹੈ। ਇਸ ਮੌਕੇ ਪਿੰਡ ਦੇ ਸਰਪੰਚ ਨੇ ਇਸ ਸਾਰੇ ਮਾਮਲੇ ਦੀ ਜਾਂਚ ਮੰਗੀ ਹੈ। ਉਧਰ ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਭਾਜੀ ਕੀ ਨਾਮ ਹੈ ਤੁਹਾਡਾ? ਹਰਪਾਲ ਸਿੰਘ ਹੈ ਜੀ। ਦਿਲਮਨ ਸਿੰਘ ਕੀ ਗੱਲ ਹੋਈ ਹੈ ਤੁਹਾਡੇ? ਬਾਈ ਜੀ, ਇਸ ਗੱਲ ਦਾ ਕੁਛ ਭੇਤ ਹੀ ਨਹੀਂ ਆ ਰਿਹਾ ਸਾਨੂੰ ਤਾਂ, ਮਤਲਬ ਵੀ ਇੰਨਾ ਕੁ ਪਤਾ ਲੱਗਦਾ ਵੀ ਸਾਡੇ ਕੁ 8:15 ਵਜੇ ਇਹ ਘਰੋਂ ਦੋਵੇਂ ਜੀ ਆਏ, ਦਵਾਈ ਲੈਣ ਗਏ ਡਾਕਟਰ ਕੋਲ। ਉਸ ਤੋਂ ਬਾਅਦ ਇਹਨੇ ਆਪਦੇ ਘਰ ਵਾਲੀ ਨੂੰ ਕਿਹਾ ਵੀ ਤੂੰ ਘਰ ਚੱਲ, ਮੈਂ ਆਉਂਦਾ। ਅਤੇ ਉਦੋਂ ਬਾਅਦ ਪਤਾ ਹੀ ਨਹੀਂ, ਅਸੀਂ ਫਿਰ ਲੱਭਦੇ ਰਹੇ, ਨਹੀਂ ਸਾਨੂੰ ਕਿਤੇ 1:30 ਦੇ ਕਰੀਬ ਸਾਨੂੰ ਇਸ ਥਾਂ ਦੇ ਵਿੱਚ, ਮਤਲਬ ਗੱਡੀ ਦੀ ਲਾਈਨ ਦੇ ਵਿੱਚ ਪਾਇਆ ਵਾ ਦੇਖਿਆ। ਕੀ ਹੋਇਆ ਸੀ ਉਹਨਾਂ ਦੇ ਨਾਲ? ਉਹਨਾਂ ਦੇ ਨਾਲ ਸਾਨੂੰ ਤਾਂ ਇਹੀ ਮਤਲਬ ਕੇਰਾਂ ਤਾਂ ਜੀ, ਉਸ ਟਾਈਮ ਦੇ ਉੱਤੇ ਵੀ ਆਪਣੇ ਮਤਲਬ ਮਹਿਕਮੇ ਵਾਲੇ ਬੰਦੇ ਵੀ ਨਾਲ ਸੀਗੇ ਉਸ ਟਾਈਮ 'ਤੇ ਆ ਗਏ। ਅਤੇ ਸਾਨੂੰ ਤਾਂ ਕੋਈ ਸੰਭਾਵਨਾ ਨਹੀਂ ਸੀ ਜੀ। ਫਿਰ ਤੜਕੇ ਪਤਾ ਲੱਗਾ ਜੀ ਵੀ ਇਹ ਤਾਂ ਇੱਧਰਲੇ ਪਾਸੇ ਖੂਨ ਡੁੱਲਿਆ ਅਤੇ ਇੱਧਰਲੇ ਪਾਸੇ ਮਾਰਿਆ ਗਿਆ ਅਤੇ ਇੱਥੋਂ ਧੂਕੇ ਅਤੇ ਇੱਥੇ ਕੀਤਾ ਗਿਆ। ਤੜਕੇ ਦੇਖਿਆ ਜੀ, ਰਾਤ ਨੂੰ ਨਹੀਂ ਸਾਨੂੰ ਕੁਛ ਮਾਰਿਆ ਖੇਤ 'ਚ? ਹਾਂ, ਮਾਰਿਆ ਖੇਤ ਦੇ ਵਿੱਚ। ਅਤੇ ਰੱਖਿਆ ਕਿੱਥੇ ਸੀਗਾ? ਗੱਡੀ ਦੀ ਲਾਈਨ ਦੇ ਵਿੱਚ ਰੱਖਿਆ ਗਿਆ। ਕੋਈ ਜਲਾਉਣ ਦੀ ਵੀ ਕੋਸ਼ਿਸ਼ ਕੀਤੀ? ਹਾਂ, ਉੱਪਰਲੇ ਪਾਸੇ ਹੀ ਕੁਛ ਮਤਲਬ ਹੈਗਾ ਵੀ ਨਿਸ਼ਾਨ, ਉਹ ਹੁਣ ਪਤਾ ਲੱਗੂਗਾ ਵੀ ਡੈਡ ਬਾਡੀ ਤੋਂ ਦੇਖਿਆ ਜਾਊਗਾ। ਕੱਪੜੇ ਉਹਦੇ ਮਤਲਬ ਥੋੜ੍ਹੇ ਥੋੜ੍ਹੇ ਜਲੇ ਹੋਏ ਲੱਗਦੇ। ਪਿੰਡ 'ਚ ਕਿਸੇ ਨਾ ਕੋਈ ਨਹੀਂ? ਪਿੰਡ 'ਚ ਸਾਡੀ ਕਿਸੇ ਨਾਲ ਨਹੀਂ ਸੀ ਇੰਨੀ ਦੁਸ਼ਮਣੀ, ਨਹੀਂ ਸੀਗੀ ਵੀ ਲਾਗ ਡਾਟ ਨਹੀਂ ਸੀ ਸਾਡੀ ਕਿਸੇ। ਕੀ ਮੰਗ ਹੈ ਤੁਹਾਡੀ ਸਰਕਾਰ? ਮੰਗ ਤਾਂ ਜੀ ਇਹੀ ਹੈ ਵੀ ਸਾਡੇ ਭਾਈ ਸਾਹਿਬ ਦਾ ਮਤਲਬ ਪੜਤਾਲ ਕੀਤੀ ਜਾਵੇ, ਉਹਦਾ ਪਤਾ ਇਨਸਾਫ਼ ਮਿਲੇ ਵੀ ਸਾਨੂੰ ਵੀ ਕੀ ਗੱਲ ਵੀ ਕਿਸ ਕਾਰਨ ਕਿਉਂ ਕੀਤਾ ਗਿਆ। ਜਦੋਂ ਸਾਡੀ ਸੁੱਖਾ ਸਿੰਘ ਸੀਗਾ, ਉਮਰ ਕਿੰਨੀ ਸੀ? ਉਮਰ ਲਈ 30 ਸਾਲ ਦੇ ਲਗਭਗ ਲਾ ਲਓ, ਬਸ 30 ਉੱਤੇ ਹੋਊਗਾ, ਮਤਲਬ 50 ਸਾਲ ਦੀ ਇਸ ਟਾਈਮ ਮੇਰੀ ਉਮਰ ਆ ਜੀ। ਅਤੇ ਮੈਥੋਂ ਸਾਥੋਂ ਵੈਸੇ ਦੋਵਾਂ ਭਰਾਵਾਂ 3 ਸਾਲ ਤੋਂ ਛੋਟਾ ਸੀ। ਇਹਨਾਂ ਸਵੇਰੇ ਤੜਕੇ ਚੌਂਕੀ ਇੰਚਾਰਜ ਕੋਟਕਪੂਰਾ ਨੂੰ ਤਲਾਹ ਮਿਲੀ ਸੀ ਕਿ ਇੱਕ ਡੈਡ ਬੋਡੀ ਰੇਲਵੇ ਟਰੈਕ ਦੇ ਵਿੱਚ ਪਈ ਹੈ। ਮੌਕੇ 'ਤੇ ਆ ਕੇ ਦੇਖਿਆ, ਮੈਂ ਮੌਕੇ 'ਤੇ ਆ ਕੇ ਦੇਖਿਆ, ਪਿੰਡ ਦੇ ਲੋਕ ਆਏ, ਸਾਈਡ ਦੇ ਉੱਤੇ ਖੂਨ ਖਿਲ ਰਿਹਾ ਪਿਆ ਸੀਗਾ। ਅਤੇ ਮਾਮਲਾ ਸ਼ੱਕੀ ਆ, ਬਾਕੀ ਵੈਰੀਫਾਈ ਕਰ ਰਿਹਾ ਵੀ ਕੀ ਗੱਲਬਾਤ ਹੈ, ਕੀ ਦੱਸਾਂਗੇ। ਕਤਲ ਦਾ ਮਾਮਲਾ ਤਾਂ ਕਤਲ ਦਾ ਲੱਗਦਾ, ਸ਼ੱਕ ਲੱਗਦਾ, ਦੇਖਦੇ ਹਾਂ, ਕਲੀਅਰ ਕਰਦੇ ਹਾਂ, ਦੱਸਾਂਗੇ ਤੁਹਾਨੂੰ। ਫਰੀਦਕੋਟ ਤੋਂ ਸੰਦੀਪ ਸੇਠੀ ਦੀ ਰਿਪੋਰਟ, ਪੰਜਾਬ ਟੂਡੇ।